ਗੁਰਪ੍ਰੀਤ ਕੌਰ ਹੈ। ਮੈਂ 8ਵੀਂ ਜਮਾਤ ਦੀ ਵਿਦਿਆਰਥਣ ਹਾਂ। ਮੇਰੇ ਸਕੂਲ ਦਾ ਨਾਮ SVS ਸ਼ਹੀਦ ਵਿਜੇ ਸਿੰਘ ਸਰਕਾਰੀ ਗਵਰਨਮੈਂਟ ਸਕੂਲ ਹੈ ਅਤੇ ਮੈਨੂੰ ਐਕਟਿੰਗ ਦਾ ਅਤੇ ਡਾਂਸਿੰਗ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ। ਮੈਂ ਬਚਪਨ ਤੋਂ ਹੀ ਡਾਂਸ ਕਰਨਾ ਸਿੱਖ ਗਈ ਸੀ ਅਤੇ ਮੇਰੀ ਮਦਰ ਦਾ ਨਾਮ ਨਰੇਸ਼ ਕੁਮਾਰੀ ਹੈ, ਮੇਰੇ ਫਾਦਰ ਦਾ ਨਾਮ ਕਮਲ ਦੇਵ ਹੈ, ਮੇਰੀ ਇੱਕ ਸਿਸਟਰ ਹੈ ਉਸਦਾ ਨਾਮ ਪ੍ਰਭਦੀਪ ਕੌਰ ਹੈ। ਅਤੇ ਮੈਨੂੰ ਐਕਟਿੰਗ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਕਿਉਂਕਿ ਮੈਂ TV 'ਚ ਰੋਜ਼ ਦੇਖਦੀ ਸੀ ਕਿ ਵੱਡੇ ਵੱਡੇ ਐਕਟਰ ਕਿੰਨਾ ਜ਼ਿਆਦਾ ਐਕਟਿੰਗ ਕਰਦੇ ਸੀ ਅਤੇ ਉਦੋਂ ਤੋਂ ਹੀ ਮੇਰੇ ਮਨ ਵਿੱਚ ਵੀ ਇਹੀ ਆਸ਼ਾ ਜਾਗ ਗਈ ਸੀ ਕਿ ਮੈਂ ਇੱਕ ਦਿਨ ਬਹੁਤ ਵੱਡੀ ਐਕਟਰ ਬਣਾਂਗੀ ਅਤੇ ਮੈਂ ਬਹੁਤ ਵੱਡੇ ਆਪਣੀ ਦੁਨੀਆ ਵਿੱਚ ਨਾਮ ਲਿਖਾਵਾਂਗੀ। ਅਤੇ ਮੈਨੂੰ ਐਕਟਿੰਗ ਬਹੁਤ ਹੀ ਜ਼ਿਆਦਾ ਪਸੰਦ ਹੈ। ਲੇਖ ਲੈ ਲੱਗਦੇ ਆ, ਦੁੱਧ ਦੇ ਦੇ, ਮੇਰਾ ਮਾਸੜ ਲੱਗਦਾ ਆ, ਤੂੰ ਦੁੱਧ ਦੇ ਦੇ ਅੜਿਆ, ਦੁੱਧ ਦੇ ਦੇ, ਦੇਖ ਲੈ ਮੈਂ ਤੇਰੀ ਭੈਣ ਲੱਗਦੀ ਆ, ਦੇਖ ਲੈ, ਦੇਖ ਲੈ ਦੁੱਧ ਦੇ ਦੇ, ਮੇਰੀ ਮਾਂ ਨੇ ਮੈਨੂੰ ਛੱਡਣਾ ਨਹੀਂ ਹੈ, ਦੁੱਧ ਦੇ ਦੇ ਪਲੀਜ਼, ਦੇਖ ਲੈ ਦੇਖ ਲੈ ਦੇਖ ਲੈ ਯਾਰ ਦੁੱਧ ਦੇ ਦੇ, ਹਾਂ ਖਾਈ ਜਾਂਦਾ ਆ, ਬਿਨਾਂ ਬੱਚੇ ਦਾ ਦੁੱਧ ਨਹੀਂ ਦੇ ਸਕਦਾ। ਮੇਰੀ ਹੋਬੀਸ ਐਕਟਿੰਗ, ਡਾਂਸਿੰਗ ਔਰ ਫੁੱਟਬਾਲ ਮੇਰੀ ਹੋਬੀਸ ਹੈ ਅਤੇ ਮੈਨੂੰ ਮਾਡਲਿੰਗ ਕਰਨੀ ਬਹੁਤ ਹੀ ਜ਼ਿਆਦਾ ਪਸੰਦ ਸੀ ਪਰ ਮਾਡਲਿੰਗ 'ਤੇ ਮੈਨੂੰ ਸਿੱਖਣ ਦਾ ਮੌਕਾ ਨਹੀਂ ਮਿਲਿਆ, ਇਸ ਕਰਕੇ ਮੈਂ ਡਾਂਸਿੰਗ ਅਤੇ ਐਕਟਿੰਗ 'ਤੇ ਹੀ ਜ਼ਿਆਦਾ ਆਪਣਾ ਪ੍ਰਭਾਵ ਪਾਇਆ। ਮੈਂ ਇੱਕ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਅਤੇ ਮੇਰੀ ਮਾਤਾ ਜੀ ਔਰ ਮੇਰੇ ਪਿਤਾ ਜੀ, ਮੇਰੀ ਮਾਤਾ ਜੀ ਆਂਗਣਵਾੜੀ ਵਰਕਰ ਹਨ ਅਤੇ ਮੇਰੇ ਪਿਤਾ ਜੀ ਦਿਹਾੜੀਦਾਰ ਹਨ। ਸਾਡੇ ਘਰ ਦਾ ਗੁਜ਼ਾਰਾ ਵੀ ਬਹੁਤ ਬੁਰੇ ਤਰੀਕੇ ਨਾਲ ਚੱਲ ਰਿਹਾ ਪਰ ਥੋੜ੍ਹਾ ਬਹੁਤਾ ਕਰਕੇ ਅਸੀਂ ਕਮਾ ਰਹੇ ਹਾਂ। ਅਸੀਂ ਵੀ ਆਪਣੇ ਮੰਮਾ ਪਾਪਾ ਨੂੰ ਦੇਖ ਕੇ ਇਹੀ ਫੀਲਿੰਗ ਆਉਂਦੀ ਹੈ ਮਨ ਵਿੱਚ ਕਿ ਸਾਡੇ ਮੰਮਾ ਪਾਪਾ ਕਿੱਦਾਂ ਸਾਡਾ ਡਿਮਾਂਡਸ ਪੂਰੀਆਂ ਕਰ ਰਹੇ ਨੇ, ਕਿੱਦਾਂ ਸਾਨੂੰ ਪਾਲ ਰਹੇ ਨੇ। ਅਤੇ ਮੈਂ ਵੀ ਬਹੁਤ ਵੱਡੀ ਬਣਾਂਗੀ ਆਪਣੇ ਮੰਮਾ ਪਾਪਾ ਨੂੰ, ਜਿੰਨਾ ਉਹਨਾਂ ਨੇ ਸਾਡੇ ਲਈ ਕੀਤਾ ਉਸ ਤੋਂ ਵੱਧ ਕੇ ਅਸੀਂ ਆਪਣੇ ਮੰਮਾ ਪਾਪਾ ਨਾਲ ਕਰਾਂਗੇ। ਅਤੇ ਮੇਰੇ ਪਾਪਾ ਮੇਰੀ ਸਾਰੀਆਂ ਡਿਮਾਂਡਾਂ ਪੂਰੀਆਂ ਕਰਦੇ ਨੇ ਕਿਉਂਕਿ ਮੈਂ ਜੋ ਵੀ ਮੰਗਦੀ ਹਾਂ ਅਤੇ ਉਹ ਸਾਰਾ ਕੁਛ ਉਹ ਜਿੱਥੋਂ ਵੀ ਹੋਵੇ ਉੱਥੋਂ ਪੂਰਾ ਕਰਦੇ ਨੇ। ਅਤੇ ਮੇਰੀ ਮਦਰ ਮੇਰਾ ਹਰ ਵਕਤ ਸਾਥ ਦਿੰਦੀ ਹੈ ਅਤੇ ਮੈਨੂੰ ਕਹਿੰਦੀ ਹੈ ਕਿ ਤੁਸੀਂ ਅੱਗੇ ਵਧੋ, ਤੁਹਾਡਾ ਵੀ ਨਾਮ ਰੋਸ਼ਨ ਕਰੋ, ਸਾਡੇ ਸਕੂਲ ਦਾ ਪੂਰਿਆਂ ਦਾ ਨਾਮ ਰੋਸ਼ਨ ਕਰੋ। ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਮਾਂ ਰਹਿਣੀ ਨਾ ਪਿਓ ਬੰਦਿਆ, ਹਰ ਸ਼ਾਇਨ ਆਖਰ ਮੁੱਕ ਜਾਣਾ, ਸ਼ਾਇਨ ਆਖਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾ ਬੰਦਿਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਂ ਕਮਲ ਦੇਵ ਹੈ, ਮੇਰਾ ਪਿੰਡ ਕੋਈ ਹੈ, ਮੇਰਾ ਸ਼ਹਿਰ ਗੜ੍ਹਦੀ ਵਾਲਾ ਹੁਸ਼ਿਆਰਪੁਰ ਹੈ। ਮੇਰੀ ਬੇਟੀ ਦਾ ਨਾਂ ਹਰਪ੍ਰੀਤ ਕੌਰ ਹੈ, ਉਹ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਅੱਛੀ ਹੈ, ਉਹਨੂੰ ਡਾਂਸ, ਉਹਨੂੰ ਐਕਟਿੰਗ ਦਾ ਬਹੁਤ ਸ਼ੌਂਕ ਹੈ। ਕੇ HD ਵਿੱਚ ਕਈ ਸਾਰੇ ਰੌਣ ਪਾਰ ਕਰਕੇ ਅੱਗੇ ਪਹੁੰਚੀ ਹੈ ਅਤੇ ਇਹ ਮੇਰਾ ਪੂਰੇ ਸ਼ਹਿਰ ਦਾ ਆਪਣੇ ਸਕੂਲ ਦਾ ਨਾਂ ਰੋਸ਼ਨ ਕਰੇ। ਮੈਨੂੰ ਇਸ 'ਤੇ ਜ਼ਿਆਦਾ ਮਾਣ ਹੈ, ਮੈਂ ਪੁੱਤਾਂ ਤੋਂ ਵੱਧ ਕੇ ਆਪਣੀ ਧੀ ਨੂੰ, ਮੈਂ ਆਪਣੀ ਧੀ ਨੂੰ ਪਿਆਰ ਕਰਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਰੇਸ਼ ਕੁਮਾਰੀ ਹੈ ਅਤੇ ਮੇਰੀ ਬੇਟੀ ਦਾ ਨਾਮ ਹਰਪ੍ਰੀਤ ਕੌਰ ਹੈ। ਉਹ ਸਾਡਾ ਪਿੰਡ ਕੋਈ ਹੈ ਅਤੇ ਉਹ 8th class ਵਿੱਚ ਪੜ੍ਹਦੀ ਹੈ। ਸਕੂਲ ਦੇ ਵਿੱਚ ਜਿੰਨੇ ਫੰਕਸ਼ਨ ਹੁੰਦੇ ਆ ਉਹ ਵਧੀਆ ਤਰੀਕੇ ਨਾਲ ਕਰਦੀ ਹੈ, ਉਹ ਪੜ੍ਹਾਈ ਵਿੱਚ ਵੀ ਅੱਗੇ ਹੈ ਅਤੇ ਘਰ ਦੇ ਵਿੱਚ ਮੇਰੇ ਨਾਲ ਵੀ ਕਾਫੀ ਹੈਲਪ ਕਰਾਉਂਦੀ ਆ ਉਹ ਕੰਮਾਂ ਦੇ ਵਿੱਚ। ਅਤੇ ਸਰ ਉਹ ਜੋ ਵੀ ਮਤਲਬ ਸਕੂਲ ਦੇ ਵਿੱਚ ਫੰਕਸ਼ਨ ਹੁੰਦੇ ਆ ਉਹਨਾਂ ਨੂੰ ਕਰਦੀ ਆ, ਉਹ ਤਾਂ ਵਧੀਆ ਨੰਬਰ ਲੈ ਕੇ ਆਉਂਦੀ ਹੈ। ਅਤੇ ਉਹਨੂੰ ਡਾਂਸ ਅਤੇ ਐਕਟਿੰਗ ਦਾ ਬਚਪਨ ਤੋਂ ਬਹੁਤ ਜ਼ਿਆਦਾ ਸ਼ੌਂਕ ਸੀਗਾ ਅਤੇ ਇਸ ਸ਼ੌਂਕ ਨੂੰ ਬੱਚੇ ਦੇ ਨੂੰ ਸਾਡੇ ਨੂੰ ਮਤਲਬ KKSD ਟੀਮ ਨੇ ਅੱਗੇ ਲਿਆਂਦਾ ਆ। ਹਰਪ੍ਰੀਤ ਉਹਨੂੰ ਸ਼ੁਰੂ ਤੋਂ ਹੀ ਮਤਲਬ ਡਾਂਸਿੰਗ ਦਾ
ਤੇ ਐਕਟਿੰਗ ਦਾ ਸ਼ੌਂਕ ਹੈ ਉਹ ਟੀਵੀ ਦੇਖ ਕੇ ਤੇ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਤੋਂ ਰੁਝਾਨ ਵਧਿਆ ਸੋ ਬਚਪਨ ਦੇ ਵਿੱਚ ਹੀ ਜਦੋਂ ਅਸੀਂ ਕੋਈ ਸੌਂਗ ਵਗੈਰਾ ਲੱਗਦੇ ਸੀਗੇ ਤਾਂ ਉਹ 'ਤੇ ਡਾਂਸ ਵਗੈਰਾ ਕਰਨ ਲੱਗ ਜਾਂਦੀ ਜਾਂ ਟੀ ਵੀ 'ਤੇ ਜਾਂ ਕੋਈ ਟੈਕ ਵਗੈਰਾ 'ਤੇ ਜਾਂ ਕੋਈ ਡੀ ਜੇ 'ਤੇ ਇੱਦਾਂ ਉਹ ਡਾਂਸ ਕਰਦੀ ਹੈ ਅਤੇ ਉਹਨੂੰ ਬਚਪਨ ਤੋਂ ਹੀ ਇਹ ਸ਼ੌਂਕ ਹੈ ਅਤੇ ਉਹ ਇਸ ਸ਼ੌਂਕ ਨੂੰ ਆਪਣਾ ਪ੍ਰੋਫੈਸ਼ਨ ਬਣਾਉਣਾ ਚਾਹੁੰਦੀ ਹੈ ਅਤੇ ਉਹਨੂੰ ਐਕਟਿੰਗ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਆ ਕੋਈ ਨਾ ਕੋਈ ਡਾਇਲੋਗ ਕਿਸੇ ਨਾ ਕਿਸੇ ਦੀ ਐਕਟਿੰਗ ਜਿਹੜੀ ਹੈ ਉਹ ਘਰ ਦੇ ਵਿੱਚ ਵੀ ਨਕਲ ਦੇ ਤੌਰ 'ਤੇ ਕਰਦੀ ਰਹਿੰਦੀ ਹੈ ਅਤੇ ਉਹ ਸਕੂਲ ਦੇ ਵਿੱਚ ਵੀ ਪਾਰਟੀਸਪੇਟ ਇੱਦਾਂ ਦੇ ਕਰਦੀ ਹੈ ਮਤਲਬ ਕੋਈ ਫੰਕਸ਼ਨ ਹੋ ਗਿਆ 26 ਜਨਵਰੀ ਜਾਂ 15 ਅਗਸਤ ਉਹਦੇ ਵਿੱਚ ਕਿਸੇ ਨਾ ਕਿਸੇ ਡਾਂਸ ਪਾਰਟੀਸਪੇਟ ਕੀਤਾ ਉਹਨੇ ਅਤੇ ਵਧੀਆ ਕੀਤਾ ਆ ਅਤੇ ਉਸ ਤੋਂ ਬਾਅਦ ਵਿੱਚ ਉਹ ਮਤਲਬ ਜਿੱਦਾਂ ਕੋਈ ਸਕਿੱਟ ਵਗੈਰਾ ਸਕੂਲ ਦੇ ਵਿੱਚ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਭਾਗ ਲੈਂਦੀ ਰਹੀ ਆ ਉਹ ਆਪੇ ਤੋਂ ਉੱਠ ਚਾਹ ਪੀ ਲਿਆ ਅਤੇ ਸਕੂਲ ਦਾ ਟਾਈਮ ਹੋ ਗਿਆ ਅਸੀਂ ਇੱਕ ਮਤਲਬ ਗਰੀਬ ਫੈਮਿਲੀ ਦੇ ਨਾਲ ਬਿਲੋਂਗ ਕਰਦੇ ਹਾਂ ਮੈਂ ਇੱਕ ਆਂਗਣਵਾੜੀ ਵਰਕਰ ਹਾਂ ਅਤੇ ਮੇਰੇ ਹਸਬੈਂਡ ਇੱਕ ਲੇਬਰ ਦਾ ਕੰਮ ਕਰਦੇ ਹਾਂ ਅਤੇ ਸਾਡੀ ਜਿਹੜੀ ਇਨਕਮ ਆ ਬਹੁਤ ਜ਼ਿਆਦਾ ਘੱਟ ਹੈ ਅਤੇ ਅਸੀਂ ਇਹਨਾਂ ਬੱਚੀਆਂ ਨੂੰ ਮੇਰੀਆਂ 2 ਬੇਟੀਆਂ ਨੇ ਜਿਨ੍ਹਾਂ ਤੋਂ ਹਰਪ੍ਰੀਤ ਵੱਡੀ ਬੇਟੀ ਹੈ ਅਤੇ ਉਹ 8th ਕਲਾਸ ਦੀ ਸਟੂਡੈਂਟ ਹੈ ਅਤੇ ਉਹਨੂੰ ਮਤਲਬ ਐਕਟਿੰਗ ਦਾ ਅਤੇ ਡਾਂਸਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਉਹ ਦੋਨੇ ਸਿਸਟਰ ਵੀ ਆਪਸ ਵਿੱਚ ਰਲ ਕੇ ਕਈ ਵਾਰੀ ਘਰ ਦੇ ਵਿੱਚ ਜਿੱਦਾਂ ਸੌਂਗ ਅਤੇ ਡਾਂਸ ਵਗੈਰਾ ਕਰਦੀਆਂ ਰਹਿੰਦੀਆਂ ਹੈ ਜ਼ਿਆਦਾ ਟੀ ਵੀ ਵਗੈਰਾ ਲਾ ਲੈਂਦੀਆਂ ਉਹਦੇ ਉੱਤੇ ਡਾਂਸਿੰਗ ਕਰਦੀਆਂ ਰਹਿੰਦੀਆਂ ਉਹ ਆਪਣੇ ਆਪ ਹੀ ਉਹਨੇ ਮਿਹਨਤ ਕੀਤੀ ਹੈ ਤਾਂ ਅਸੀਂ ਕਿਤੇ ਵੀ ਉਹਨੂੰ ਕੋਈ ਕਲਾਸ ਜੁਆਇਨ ਨਹੀਂ ਕਰਵਾਈ ਹੈਗੀ ਉਹਦਾ ਆਪਣੀ ਬੱਚੇ ਦੀ ਮਿਹਨਤ ਹੈ ਅਤੇ ਉਹ ਆਪ ਹੀ ਉਹਨੇ ਇੱਥੇ ਤੱਕ ਪਹੁੰਚੀ ਹੈ ਤਾਂ ਅਸੀਂ ਚਾਹੁੰਦੇ ਹਾਂ ਵੀ ਉਹ ਹੋਰ ਅੱਗੇ ਪਹੁੰਚੇ ਕਦੇ ਪੜ੍ਹ ਵੀ ਲਿਆ ਕਰ ਸਾਰਾ ਦਿਨ ਟੈਲੀਵਿਜ਼ਨ ਦੇਖਦੀ ਰਹਿੰਦੀ ਹੈ ਤੈਨੂੰ ਕੀ ਮੈਂ ਡਾਂਸ ਹੀ ਕਰ ਰਹੀ ਸੀ ਤਾਂ ਪੜ੍ਹ ਲਿਆ ਕਰ ਤਾਂ ਪੜ੍ਹਾਈ ਵੀ ਕਰ ਲੂੰਗੀ ਪੜ੍ਹਾਈ ਜ਼ਰੂਰੀ ਆਉਂਦੀ ਆ ਤਾਂ ਮੈਨੂੰ ਡਾਂਸ ਵੀ ਬਹੁਤ ਜ਼ਿਆਦਾ ਪਸੰਦ ਆ ਪੜ੍ਹਾਈ ਕਰਿਆ ਕਰਾਂ ਜਿਵੇਂ ਮਤਲਬ ਕਿਤੇ ਪਾਰਟੀ ਹੁੰਦੀ ਹੈ ਜਾਂ ਵਿਆਹ ਸ਼ਾਦੀ ਦਾ ਕੋਈ ਫੰਕਸ਼ਨ ਹੁੰਦਾ ਹੈ ਉਹਦੇ ਵਿੱਚ ਵੀ ਇਹ ਮਤਲਬ ਜਿੱਦਾਂ ਪੁਰਾਣੇ ਬਜ਼ੁਰਗ ਕਰਦੇ ਸੀਗੇ ਘੋੜੀਆਂ ਜਾਂ ਗਿੱਧਾ ਭੰਗੜਾ ਇਹੋ ਜਿਹਾ ਬੋਲੀਆਂ ਦਾ ਡਾਂਸ ਇਹ ਦੋਨੇ ਬੇਟੀਆਂ ਮੇਰੀਆਂ ਕਰਦੀਆਂ ਹੈ ਅਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਆ ਅਤੇ ਸਾਰੇ ਮਤਲਬ ਰਿਸ਼ਤੇਦਾਰ ਜਾਂ ਹੋਰ ਤਰੀਕੇ ਵਿੱਚ ਭੈਣ ਭਰਾ ਜੋ ਵੀ ਹੈਗੇ ਆ ਵਿਆਹ ਦੇ ਸੌਂਗ ਦੇ ਵਿੱਚ ਜਾਂ ਕੋਈ ਵੀ ਅਸੀਂ ਫੰਕਸ਼ਨ ਦੇ ਵਿੱਚ ਅਟੈਂਡ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਦੋਨੇ ਲੜਕੀਆਂ ਜਿਹੜੀਆਂ ਹੁਣ ਹਰਪ੍ਰੀਤ ਜਿਹੜੀ ਹੈ ਜ਼ਿਆਦਾ ਕਰਕੇ ਇਹਨਾਂ ਚੀਜ਼ਾਂ ਨੂੰ ਕਰਦੀ ਹੈ ਅਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਅਤੇ ਸਾਰੇ ਕਹਿੰਦੇ ਆ ਵੀ ਤੁਹਾਡੀ ਬੱਚੀ ਜਿਹੜੀ ਹੈ ਇਹਨਾਂ ਇਸ ਪ੍ਰੋਫੈਸ਼ਨ 'ਤੇ ਬਹੁਤ ਜ਼ਿਆਦਾ ਤਰੱਕੀ ਕਰੇਗੀ ਘਰ ਦੇ ਵਿੱਚ ਕਈ ਵਾਰੀ ਅਸੀਂ ਮੀਟਿੰਗ 'ਤੇ ਚੱਲ ਜਾਈਦਾ ਆ ਤਾਂ ਇਕੱਲੀ ਹੁੰਦੀ ਹੈ ਮੇਰੇ ਸਾਸਾ ਬਜ਼ੁਰਗ ਨੇ ਉਹ ਅਤੇ ਉਹਨਾਂ ਨੂੰ ਚਾਹ ਪਾਣ ਦੀ ਜ਼ਰੂਰਤ ਹੁੰਦੀ ਹੈ ਅਤੇ ਆਪ ਬਣਾ ਕੇ ਖੁਦ ਵੀ ਪੀ ਲੈਂਦੀ ਆਪਣੀ ਸਿਸਟਰ ਛੋਟੀ ਉਹਨੂੰ ਵੀ ਮਤਲਬ ਉਹਦੀ ਕੇਅਰ ਕਰਦੀ ਹੈ ਅਤੇ ਮਤਲਬ ਆਪਣੇ ਦਾਦੀ ਜੀ ਆ ਉਹਨਾਂ ਦਾ ਵੀ ਧਿਆਨ ਰੱਖਦੀ ਹੈ ਅਤੇ ਮੈਨੂੰ ਘਰ ਦੇ ਕੰਮਾਂ ਵਿੱਚ ਹੈਲਪ ਵੀ ਕਰਦੀ ਹੈ ਅਤੇ ਇਸ ਕਰਕੇ ਬੱਚਾ ਜਿਹੜਾ ਆ ਖੁਦ ਰਿਸਪੋਂਸੀਬਿਲਟ ਵੀ ਹੈਗਾ ਆ ਮਤਲਬ ਵਧੀਆ ਘਰ ਦੇ ਵਿੱਚ ਵੀ ਕੰਮ ਉਹ ਕਰਦੀ ਹੈ ਪਹਿਲਾਂ ਅਸੀਂ ਆਪਣੇ ਨਾਂ ਉਹਦੇ ਨਾਲ ਜਾਣੇ ਜਾਂਦੇ ਸੀਗੇ ਅਤੇ ਹੁਣ ਜਦੋਂ ਦਾ KKHD ਤੋਂ ਇਹਨੇ ਪ੍ਰੋਗਰਾਮ ਕੀਤਾ ਆ ਅਤੇ ਸਾਰਿਆਂ ਨੇ ਉਹ ਲਾਈਵ ਦੇਖਿਆ ਇਹਦਾ ਪ੍ਰੋਗਰਾਮ ਅਤੇ ਸਾਰੇ ਹੁਣ ਇਹ ਕਹਿੰਦੇ ਆ ਵੀ ਇਹ ਹਰਪ੍ਰੀਤ ਦੇ ਮੰਮੀ ਜਾਂਦੇ ਆ ਅਤੇ ਮੈਂ ਹਰਪ੍ਰੀਤ ਦੇ ਮੰਮੀ ਦੇ ਨਾਲ ਮੈਨੂੰ ਲੋਕ ਜਾਣਨ ਲੱਗੇ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹੈਡ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਵੀ ਸਾਡੀ ਬੱਚੀ ਜਿਹੜੀ ਆ ਗ੍ਰੈਂਡ ਫਰਨੈਲੇ ਰਾਊਂਡ ਨੂੰ ਜਿੱਤ ਕੇ ਆਵੇ ਸਾਡਾ ਅਤੇ ਸਾਡੇ ਪਿੰਡ ਦਾ ਅਤੇ ਆਪਣੇ ਟੀਚਰ ਦਾ ਅਤੇ ਮਤਲਬ ਆਪਣੇ ਸ਼ਹਿਰ ਦਾ ਜਿਹੜਾ ਨਾਂ ਆ ਉਹ ਰੋਸ਼ਨ ਕਰੇ ਇੰਗਲਿਸ਼ ਵਿੱਚ ਗੁੱਡ ਬਾਏ ਬਹੁਤ ਅੱਛਾ ਗੁੱਡ ਬਾਏ ਬਹੁਤ ਅੱਛਾ ਗੁੱਡ ਬਾਏ ਬਹੁਤ ਅੱਛਾ ਗੁੱਡ ਬਾਏ ਉਹ ਦੇਖ ਕਿੱਦਾਂ ਦੌੜੀ ਜਾਂਦਾ ਲੱਤ ਮਾਰਨੀ ਮੈਂ ਬਹੁਤ ਪਹਿਲਾਂ ਗੱਡੀ ਕੋ ਜਾ ਚੱਲ ਚੱਲ ਇੱਥੇ ਕਰ ਲੈ ਜੋ ਬਣ ਹੋਰ ਕੀ ਤੂੰ ਕਦੀ ਨਹੀਂ ਸੁਧਰਨਾ ਤੂੰ ਉਹ ਦੇਖ
मेरी दादी मतलब कि मेरे फादर दी मम्मा वह भी मैं बहुत ज़्यादा प्यार करती है, वह भी इन्होंने भी मेरा बहुत ज़्यादा सहयोग दिता। पर कई बारी जो मैं शैतानी करती हाँ वह भी मैं कुटते हैं तो वह भी मैं बहुत ज़्यादा प्यार करते हैं, तो मैं भी उन्हों की हेल्प करवानी हाँ। तो मेरे सारे ताए चाचे ज जिन्हें भी है वह सारे मैं बहुत ज़्यादा प्यार करते हैं। कई बारी मैं सारे पासे शैतानी करती रहनी हाँ तो वह मैं कई बारी गाला भी कढ़ते हैं, तो मैनू प्यार भी करते हैं, तो कभी कभी जड़ी भी मैं चीज़ नहीं मिलती वह मैं लभ के दिंदे ने, तो दूरों दूरों जा के मेरे लिए चीज़ा भी लियाते ने। मेरी पोती है जी, ये नाल मेरे आसरा कराती रही, मैंने बैठी पानी रोटी दिंदी रही। ये मेरी दादी जी है, ये बजुर्ग ने, तो इन्हों मैं मंजे ते पानी रोटी इदा दिया चीज़ा दिंदी रहनी हाँ, ये दवाई भी टाइम से खाते ने, तो मैं इन्हों कहनी हाँ कि तुम अपना ध्यान रखो। तो इन्हों की वजन आई मैं इतने तक पहुँची हूँ, इन्होंने मैं आशीर्वाद दिता है कि मेरी पोती अगे जाए ग्रैंड फिनाले नालों उतों जित के आवे, तो मेरा भी नाम रोशन करे, अपने माता पिता का भी नाम रोशन करे, तो ये पूरे जिले का भी नाम रोशन करे। इन्हों तो मैं बहुत ज़्यादा प्यार मिलया है, तो ये मेरे बहुत प्यारे दादी जी ने, तो इन्होंने मैनू अगे तक पहुँचाया है, तो इन्होंने मेरा बहुत ज़्यादा साथ दिता है, तो ये मैनू आशीर्वाद देंदे ने कि तू अगे अपनी जिंदगी विच अगे वधे ते बहुत ही वड्डे लैवल ते पहुँचे। मेरा नाम प्रदीप कौर है, मैं टीसी स्मार्ट विच पढ़ती हाँ। मेरी भैन डांस और एक्टिंग का बहुत शौक है, टीवी ते देख के डांस से एक्टिंग भी कर रही है। साडे स्कूल विच जो भी फंक्शन होंदा है उत्ते भी ये डांस और एक्टिंग करती है। मैं ही दुआ करती हाँ कि ये जीत के आवे। नहीं फर्स्ट नहीं आई। किन्नी क्लास से वैसे तू मैं चेता भुल जाता है भैने? तीजी चाहिए। हाए तेरा लैसन नंबर 14 नहीं जा रही है हूँ, मैं भी नहीं यार पढ़ा सकती, तो हम की करिए ट्यूशन रख लेनी है। मम्मी पता नहीं ना जा हों, तेरा बहुत ज़्यादा जंगल है, इतने नहीं आई जाने। जो जित के आऊँगी मैं पार्टी दूँगी लाऊँगी। एक मेरी सिस्टर वह मेरे ना बहुत ज़्यादा लड़ती है, तो असं दोनों लड़द भी है तो प्यार भी कर दी है, वह मेरा हर पासे भी सहयोग दिंदी है, जिदा मेरे दादी मम्मा पापा सारे मेरा सहयोग देंगे ने, वह मेरे ना स्कूल तो शहर भी जाती है, तो मैं बहुत ज़्यादा प्यार करती है, मैं भी उन्हें बहुत ज़्यादा प्यार करती हाँ। एक दिन मैं स्कूल बैठी सी तो उत्थे KKHD टीम आई, तो उन्होंने सानू फार्म दिते, तो मैं फार्म भरे तो मैं घर आ गई, तो मैं अपनी मदर नू दस्या, तो मेरी मदर ने पहले विश्वास नहीं किया भी KKHD इन्नी चंगी आ, तो फिर मैं उन्होंने वीडियो भेजी, फिर मैं दूजे राउंड पहुंची, फिर इदा ही लैवल बाई लैवल मैं अगे बढ़ गई, तो सैमीफाइनल राउंड च मैं पहुंची। उस तो बाद मैं बायोग्राफी दी, उस तो बाद मेरी मम्मा ने मेरे पर प्राउड हो गया कि KKHD बहुत ही ज़्यादा अच्छी है, तो KKHD ते सानू बहुत ज़्यादा माण है। मेरी मम्मा वालों भी KKHD नू धन्नवाद कि मेरा टैलेंट अगे लिया, क्योंकि साढ़े को फीस भी इन्नी ज़्यादा नहीं सी, असी बायोग्राफी की फीस भी उन्होंने कह के घट कराई, उन्होंने भी साड़ी गल मनी, उन्होंने साड़ी फीस भी घट की, तो मैं उन्होंने बहुत वधिया नाले मेरा सारा ही परिवार सारी फैमिली उन्होंने मिल के धन्यवाद कहना चाहते हैं। जी मैं
ਨਵਜੋਤ ਕੌਰ ਕੰਪਿਊਟਰ ਫੈਕਲਟੀ ਗੌਰਮੈਂਟ ਹਾਈ ਸਕੂਲ ਖੋਈ ਵਿੱਚ ਬਤੌਰ ਕੰਪਿਊਟਰ ਫੈਕਲਟੀ ਤੈਨਾਤ ਹਾਂ। ਮੈਂ ਹਰਪ੍ਰੀਤ ਕੌਰ ਦੀ ਅਧਿਆਪਕਾ ਹਾਂ। ਹਰਪ੍ਰੀਤ ਕੌਰ ਸ਼ੁਰੂ ਤੋਂ ਹੀ ਸਕੂਲ ਵਿੱਚ ਬਹੁਤ ਹੀ ਹੋਣਹਾਰ ਅਤੇ ਸਮਝਦਾਰ ਵਿਦਿਆਰਥਣ ਰਹੀ ਹੈ। ਇਸ ਦੇ ਸ਼ੁਰੂ ਤੋਂ ਹੀ ਐਕਟਿੰਗ ਅਤੇ ਡਾਂਸ ਵਿੱਚ ਰੁਝਾਨ ਰਿਹਾ ਹੈ। ਇਹ ਬਹੁਤ ਹੀ ਹੋਣਹਾਰ ਹੈ ਅਤੇ ਜਿੰਨੇ ਵੀ ਸਾਡੇ ਸਕੂਲ ਵਿੱਚ ਐਕਟੀਵਿਟੀਜ਼ ਹੁੰਦੀਆਂ ਹਨ ਉਹਦੇ ਵਿੱਚ ਇਹ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ਅਤੇ ਕੋਈ ਨਾ ਕੋਈ ਪੁਜੀਸ਼ਨ ਜ਼ਰੂਰ ਪ੍ਰਾਪਤ ਕਰਦੀ ਹੈ ਅਤੇ ਹਮੇਸ਼ਾ ਅੱਵਲ ਹੀ ਰਹਿੰਦੀ ਹੈ ਉਸਦੇ ਵਿੱਚ। ਸਾਡੇ ਪਰਮਾਤਮਾ ਅੱਗੇ ਮੇਰੀ ਇਹੀ ਦੁਆ ਹੈ ਦੀ ਕਿ ਅੱਗੇ ਤੋਂ ਅੱਗੇ ਹੋਰ ਜ਼ਿਆਦਾ ਕਾਮਯਾਬੀ ਹਾਸਲ ਕਰੇ। ਇਸਮੇ ਕਿਤਨਾ ਦਮ ਦੀ ਟੀਮ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਗੌਰਮੈਂਟ ਸਕੂਲਾਂ ਵਿੱਚੋਂ ਵੀ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਦੇ ਰਹੀ ਹੈ। ਤੁਸੀਂ ਫਾਈਨਲ ਵਿੱਚ ਪਹੁੰਚ ਚੁੱਕੇ ਹੋ। ਸਾਡੇ ਸਾਰੇ ਸਕੂਲ ਸਟਾਫ ਦੀ ਇਹੀ ਦੁਆ ਕਿ ਤੁਸੀਂ ਫਾਈਨਲ ਵਿੱਚ ਕੋਈ ਨਾ ਕੋਈ ਪੁਜੀਸ਼ਨ ਜ਼ਰੂਰ ਲੈ ਕੇ ਆਓ। ਠੀਕ ਹੈ, ਆਲ ਦਾ ਬੈਸਟ। ਅੱਛਾ, ਤੇਰਾ ਨਾਮ ਕੀ ਆ? ਮੇਰਾ ਨਾਮ ਅੱਛਾ, ਤੇਰਾ ਨਾਮ ਕੀ ਆ? ਮੇਰਾ ਨਾਮ ਹੈਗਾ ਹਰਪ੍ਰੀਤ ਕੌਰ। ਮੇਰਾ ਨਾਮ ਸੁਣਿਆ, ਹਰਪ੍ਰੀਤ ਕੌਰ। ਹਾਂਜੀ, ਤੇਰਾ ਨਾਮ ਹੁਣ ਤੂੰ ਦੱਸ ਦੇ ਤੇਰਾ ਨਾਮ ਕੀ ਆ? ਤੇਰਾ ਨਾਮ ਕਿਤੇ ਉਹੀ ਤਾਂ ਨਹੀਂ ਕਮਲੇਖੋ? ਮੇਰਾ ਨਾਮ ਕਮਲੇਖੋ ਹੋਊਗਾ। ਨਹੀਂ, ਮੇਰਾ ਨਾਮ ਕਮਲੇਖੋ ਹੋਊਗਾ। ਤੈਨੂੰ ਪਤਾ ਮੈਂ ਇਸ ਪਿੰਡ ਦੀ ਨਾ ਸਭ ਤੋਂ ਵੱਡੀ ਸੀਗਲ ਖੋਰ ਹੈ। ਇੱਥੇ ਉਹਨਾਂ ਦੇ ਘਰ ਕਿਹੜਾ ਘਰ ਸੀ ਭਲਾ? ਇੱਥੇ ਨਹੀਂ, ਮੈਨੂੰ ਕੀ ਪਤਾ, ਮੈਂ ਰਸਤੇ ਕੋਲ ਪਹਿਲੀ ਵਾਰ ਆਈ ਹਾਂ। ਮੈਂ ਰਸਤੇ ਕੋਲ ਪਹਿਲੀ ਵਾਰ ਆਈ ਹਾਂ। ਹਾਂ, ਮੈਂ ਪਹਿਲੀ ਵਾਰ ਆਈ ਹਾਂ। ਤੂੰ ਦੋ ਵਾਰੀ ਨਾ ਤੂੰ ਉਹ ਤੈਨੂੰ ਤਾਂ ਪਤਾ ਨਹੀਂ, ਮੈਂ ਤਾਂ ਵਿਦੇਸ਼ ਤੋਂ ਆਈ ਹਾਂ। ਉਹ ਵੱਡਾ ਜਿਹਾ ਜਹਾਜ਼ ਨਹੀਂ ਜਿਹੜਾ ਜਾਂਦਾ ਹੁੰਦਾ, ਵੱਡਾ ਸਾਰਾ ਹੁੰਦਾ, ਇੰਨਾ ਤਾਂ ਹੁੰਦਾ ਹੀ ਆ। ਅੱਛਾ, ਮੈਂ ਕਿਹਾ ਮੈਂ ਤੇਰੇ ਨਾਲ ਨਾ ਗੱਲਾਂ ਕਰ ਕਰਕੇ ਮੇਰਾ ਸਿਰ ਦੁਖਣ ਲੱਗ ਪਿਆ। ਇੱਥੇ ਕੋਈ ਡਾਕਟਰ ਹੈਗਾ ਆ? ਕਿਹੜਾ ਡਾਕਟਰ? ਲੈ, ਬੋਲ ਵੀ ਗਿਆ ਵੀ ਕੰਜਾਬੀ ਜਾਂਦੀ ਇੱਥੇ ਡਾਕਟਰ। ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਮੈਂ ਕੇਕੇ ਐਚੜੀ ਤੋਂ ਜਿੱਤ ਕੇ ਆਵਾਂ ਅਤੇ ਮੈਂ ਸਾਰਿਆਂ ਦਾ ਨਾਮ ਰੋਸ਼ਨ ਕਰਾਂ ਅਤੇ ਪੂਰੇ ਜ਼ਿਲ੍ਹੇ ਦੇ ਵਿੱਚੋਂ, ਮਤਲਬ ਜਿੱਦਾਂ ਸਕੂਲ 'ਚੋਂ ਫਸਟ ਆਉਂਦੀ ਉੱਦਾਂ ਹੀ ਮੈਂ ਕੇਕੇ ਐਚੜੀ ਤੋਂ ਫਸਟ ਆਵਾਂ। ਥੈਂਕ ਯੂ ਕੇਕੇ ਐਚੜੀ।